ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਰ। ਹੈਲਥ ਕੇਅਰ ਸ਼ੋਅ ਵੀ ਸਾਡੇ ਸਾਰੇ ਦੇਸ਼ ਅਤੇ ਵਿਦੇਸ਼ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਅੱਜ ਦਾ ਸਾਡਾ ਜਿਹੜਾ ਟੋਪਿਕ ਹੈਗਾ ਉਹ ਹੈਗਾ ਡੇਂਗੂ ਦੇ ਉੱਪਰ। ਤੁਹਾਨੂੰ ਦੱਸਦਾ ਕਿ ਸਾਡੇ ਜਿਹੜੇ ਅੱਜ ਦੇ ਗੈਸਟ ਹੈਗੇ ਨੇ ਉਹ ਹੈਗੇ ਡਾਕਟਰ ਸ਼ਵੇਤਾ ਮੈਮ, ਜੋ ਕਿ DMC ਤੋਂ ਡਾਕਟਰ ਨੇ ਔਰ ਖਾਸ ਤੌਰ 'ਤੇ ਡਾਇਟੀਸ਼ੀਅਨ ਨੇ। ਉਹ ਕਾਫੀ ਲੰਬੇ ਸਮੇਂ ਤੋਂ ਹਰ ਤਰ੍ਹਾਂ ਦੇ ਮਰੀਜ਼ ਡਾਇਟ ਦੇ ਉੱਪਰ ਬਹੁਤ ਤਰ੍ਹਾਂ ਦੀ ਪੈਨੀ ਨਜ਼ਰ ਹੈਗੀ ਹੈ, ਕਿਸ ਤਰ੍ਹਾਂ ਦੀ ਡਾਇਟ ਹੋਣੀ ਚਾਹੀਦੀ ਹੈ। ਅਗਰ ਤੁਹਾਨੂੰ ਕੋਈ ਵੀ ਸਮੱਸਿਆ ਹੁੰਦੀ ਤਾਂ ਇਹਨਾਂ ਦੇ ਉੱਪਰ ਡਾਇਟ ਦੇ ਉੱਪਰ ਵੀ ਅਸੀਂ ਖਾਸ ਤੌਰ 'ਤੇ ਗੱਲ ਕਰਾਂਗੇ। ਲੇਕਿਨ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਸਾਡਾ ਜਿਹੜਾ ਅੱਜ ਦਾ ਟੋਪਿਕ ਔਰ ਡੇਂਗੂ ਦਾ, ਅਗਰ ਗੱਲ ਅਸੀਂ ਡੇਂਗੂ ਦੀ ਕਰੀਏ ਤਾਂ ਬਹੁਤ ਸਾਰੀਆਂ ਸਾਡੇ ਮਾਇੰਡ 'ਚ ਆਉਂਦੀਆਂ ਔਰ ਅਸੀਂ ਬਚਪਨ ਤੋਂ ਕੁਝ ਚੀਜ਼ਾਂ ਲਗਾਤਾਰ ਸੁਣਦੇ ਆ ਰਹੇ ਹਾਂ। ਸ਼ਾਇਦ ਹੋ ਸਕਦਾ ਕਿ ਉਹ ਤੁਸੀਂ ਵੀ ਸੁਣੀ ਹੋਵੇਗੀ, ਅਗਰ ਕਿਸੇ ਡੇਂਗੂ ਹੁੰਦਾ ਤਾਂ ਅਸੀਂ ਖਾਸ ਤੌਰ 'ਤੇ ਦੋ ਗੱਲਾਂ ਕਹਿੰਦੇ ਹਾਂ, ਜਾਂ ਤਾਂ ਇਹਨਾਂ ਨੂੰ ਬੱਕਰੀ ਦਾ ਦੁੱਧ ਪਿਲਾ ਦਿਉ ਅਗਰ ਸੈੱਲ ਘੱਟ ਰਹੇ ਨੇ, ਅਤੇ ਦੂਸਰੀ ਗੱਲ ਅਸੀਂ ਕਹਿੰਦੇ ਹਾਂ ਕਿ ਕੇਵੀ ਖਾਣ ਦੀ ਜਿਹੜੀ ਸੰਖਿਆ ਉਹ ਲਗਾਤਾਰ ਵਧਾ ਦਿਉ। ਤਾਂ ਇਹ ਚੀਜ਼ਾਂ ਸਾਡੇ ਸੰਸਾਰ ਦੇ ਵਿੱਚ ਜਿਹੜੀ ਬਹੁਤ ਵੱਡੀ ਤਰ੍ਹਾਂ ਨਾਲ ਦੇਖੀ ਜਾਂਦੀ, ਤਾਂ ਜਾਣਦੇ ਹਾਂ ਕਿ ਬਾਕੀ ਡੇਂਗੂ ਦੇ ਵਿੱਚ ਜਿਹੜਾ ਕੀਵੀ ਖਾਣ ਦੇ ਨਾਲ ਜਾਂ ਬੱਕਰੀ ਦਾ ਦੁੱਧ ਪੀਣਾ ਸਾਡੀ ਬਾਡੀ ਨੂੰ ਦਾ ਫਾਇਦਾ ਹੁੰਦਾ ਹੈ, ਕਿ ਤੁਹਾਡੇ ਸੈੱਲ ਜਿਹੜੇ ਨੇ ਘੱਟ ਰਹੇ ਲਗਾਤਾਰ ਉਹ ਵਧਣੇ ਸ਼ੁਰੂ ਹੋ ਜਾਂਦੇ, ਕਿ ਬਾਕੀ ਇਹ ਗੱਲ ਵਿੱਚ ਕੁਛ ਸੱਚਾਈ ਹੈ। ਸਾਰੀ ਗੱਲਾਂ ਜਾਣਨ ਲਈ ਅਸੀਂ ਗੱਲ ਕਰਦੇ ਹਾਂ ਡਾਕਟਰ ਸ਼ਵੇਤਾ ਮੈਮ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਦੱਸੋ ਕਿ ਡੇਂਗੂ ਹੁੰਦਾ ਕਿਸ ਤਰ੍ਹਾਂ ਹੈ, ਡੇਂਗੂ ਹੈ ਕੀ ਹੈ, ਕੀ ਕਾਰਨ ਕਹਿੰਦੇ ਸੈੱਲਸ ਘੱਟਦੇ ਡੇਂਗੂ ਹੋਣ ਤੋਂ? ਡੇਂਗੂ ਇੱਕ ਮੱਛਰ ਤੋਂ ਪੈਦਾ ਹੋਈ ਬਿਮਾਰੀ ਹੈ। ਇੱਕ ਡੇਂਗੂ ਦਾ ਜਿਹੜਾ ਮੱਛਰ ਹੈ ਉਹ ਸਾਫ਼ ਪਾਣੀ ਦੇ ਉੱਤੇ ਪਨਪਦਾ ਔਰ ਉਹ ਦਿਨ ਦੇ ਵਿੱਚ ਜ਼ਿਆਦਾਤਰ ਇਹ ਅਟੈਕ ਕਰਦਾ ਹੈ। ਡੇਂਗੂ ਦਾ ਮੱਛਰ ਕੱਟਣ ਤੋਂ ਬਾਅਦ ਪੇਸ਼ੈਂਟ ਨੂੰ ਫੀਵਰ ਹੋ ਜਾਂਦਾ ਹੈ, ਬੁਖਾਰ ਹੋਣ ਤੋਂ ਬਾਅਦ। ਜ਼ਰੂਰੀ ਨਹੀਂ ਹੈ ਕਿ ਸੈੱਲ ਕੱਟਣੇ ਹੈ, ਹਰ ਇੱਕ ਟਾਈਪ ਦਾ ਡੇਂਗੂ ਹੁੰਦਾ ਹੈ। ਕਿਸੇ ਟਾਈਪ ਦੇ ਡੇਂਗੂ ਦੇ ਵਿੱਚ ਸੈੱਲ ਕੱਟਣੇ ਸ਼ੁਰੂ ਹੋ ਜਾਂਦੇ ਹੈ ਔਰ ਸਭ ਤੋਂ ਜ਼ਿਆਦਾ ਜਿਹੜੇ ਪੈਨਿਕ ਅਟੈਕ ਸਭ ਨੂੰ ਹੁੰਦਾ ਹੈ, ਸਭ ਪੈਨਿਕ ਕਰਦੇ ਨੇ ਕਿ ਸੈੱਲ ਕੱਟ ਰਹੇ ਆ, ਅਸੀਂ ਜਲਦੀ ਤੋਂ ਜਲਦੀ ਪੇਸ਼ੈਂਟ ਨੂੰ ਸੈੱਲ ਜਾਂ ਤਾਂ ਲਗਵਾ ਦਈਏ ਜਾਂ ਡਾਇਟ ਦੇ ਵਿੱਚ ਹੀ ਕੁਛ ਇੱਦਾਂ ਦੀਆਂ ਚੇਂਜਸ ਇਮੀਜੀਏਟਲੀ ਕਰ ਦਈਏ ਕਿ ਸੈੱਲ ਵਧਣੇ ਸ਼ੁਰੂ ਹੋ ਜਾਣ। ਪਰ ਇਹ ਡੇਂਗੂ ਦੀ ਬਿਮਾਰੀ ਦੇ ਵਿੱਚ ਇਹ ਜਨਰਲੀ ਦੇਖਿਆ ਗਿਆ ਹੈ ਕਿ ਸੈੱਲ ਆਪਣਾ ਟਾਈਮ ਲੈ ਕੇ ਹੀ ਹੌਲੀ ਹੌਲੀ ਵੱਧਦੇ ਨੇ। ਬਹੁਤ ਡਾਕਟਰੀ ਸਲਾਹ ਦੇ ਨਾਲ ਹੀ ਸਾਨੂੰ ਡੇਂਗੂ ਦੇ ਸੈੱਲਸ ਨੂੰ ਚੇਂਜ ਕਰਨ ਦੀ ਲਗਾਉਣ ਦੀ ਜ਼ਰੂਰਤ ਪੈਂਦੀ ਹੈ। ਮੈਂ ਦੇਖਿਆ ਜਾਂਦਾ ਕਿ ਕਿੰਨੇ ਲੱਖ ਸੈੱਲ ਸਾਡੀ ਬੋਡੀ ਦੇ ਵਿੱਚ ਆਉਂਦੇ ਹੋ, ਦੇਖਦੇ ਦੇਖਦੇ ਉਹ 90,000, 60,000, 50,000, 35,000, ਇੱਥੇ ਤੱਕ ਕਿ 25 ਤੱਕ ਵੀ ਪਹੁੰਚ ਜਾਂਦੇ। ਕੀ ਕਾਰਨ ਹੈ ਕਿ ਇੰਨੀ ਤੇਜ਼ੀ ਨਾਲ ਡੇਲੀ ਸੈੱਲ ਜਿਹੜੇ ਕਿ ਗਿਰ ਰਹੇ ਹੁੰਦੇ ਨੇ, ਜਦਕਿ ਹੋਸਪਿਟਲ ਰੈਗੂਲਰ ਉਹਦਾ ਚੈੱਕਅਪ ਹੋ ਰਿਹਾ ਹੁੰਦਾ ਵੈ, ਲੇਕਿਨ ਉਹ ਸੈੱਲ ਜਿਹੜੇ ਇੰਪਰੂਵ ਨਹੀਂ ਹੋ ਰਹੇ ਹੁੰਦੇ, ਜੋ ਕਿ ਡਾਕਟਰ ਦੇ ਨਾਲ ਨਾਲ ਇੱਕ ਪਰਿਵਾਰ ਵੱਲ ਦੇ ਪਰਿਵਾਰ ਦੇ ਸਦੱਸਿਆਂ ਨੂੰ ਵੀ ਟੈਨਸ਼ਨ ਵੱਧਦੀ ਜਾਂਦੀ ਹੈ, ਜਿਸ ਕਰਕੇ ਉਹ ਇਹਨਾਂ ਸਮਿੱਥਾਂ ਵੱਲ ਵਾਪਸ ਤੋਰ ਪੈਂਦੇ ਨੇ, ਜਿੱਥੋਂ ਆਪਾਂ ਨੂੰ ਕੱਢਦੇ ਹੈਗੇ ਹਾਂ ਕਿ ਬੱਕਰੀ ਦਾ ਦੁੱਧ ਨਾ ਪੀਓ ਜਾਂ ਨਾ ਕਰੋ, ਕਿਉਂਕਿ ਉਹ ਜਿਹੜੀ ਸੈੱਲ ਘੱਟਣ ਦੀ ਤਦਾਦ ਉਹ ਲਗਾਤਾਰ ਘੱਟ ਰਹੀ ਹੁੰਦੀ ਹੈ। ਦੇਖੋ, ਇਹ ਮੈਂ ਇਹਦੇ ਵਿੱਚ ਪਹਿਲਾਂ ਹੀ ਕਿਹਾ ਹੈ ਕਿ ਇਹਦੇ ਵਿੱਚ ਸਾਨੂੰ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਇਹ ਸੈੱਲ ਇੱਕ ਲਿਮਿਟ ਤੱਕ ਆ ਕੇ ਘੱਟਦੇ ਨੇ। ਜ਼ਿਆਦਾਤਰ ਕੇਸਿਸ ਦੇ ਵਿੱਚ ਜੇ ਸਪੋਜ਼ 45,000 ਜਾਂ 50,000 ਆਉਂਦੇ ਨੇ, ਉਸ ਤੋਂ ਬਾਅਦ ਇਹ ਵਧਣਾ ਸ਼ੁਰੂ ਹੋ ਜਾਂਦੇ ਹੈ। ਲੇਕਿਨ ਜੇ ਫਿਰ ਵੀ ਘੱਟਦੇ ਰਹਿਣ ਤਾਂ ਉਸ ਕੇਸ ਦੇ ਵਿੱਚ ਸਾਨੂੰ ਡਾਕਟਰੀ ਇੰਟਰਵੈਂਸ਼ਨ ਦੀ ਜ਼ਰੂਰਤ ਪੈਂਦੀ ਹੈ। ਜ਼ਿਆਦਾ ਇੰਟਰਵੈਂਸ਼ਨ ਸਾਨੂੰ ਉਦੋਂ ਕਰਨੀ ਪੈਂਦੀ ਹੈ ਜਦੋਂ ਪੇਸ਼ੈਂਟ ਨੂੰ ਡੇਂਗੂ ਸੈੱਲ ਘਟਣ ਦੇ ਨਾਲ ਨਾਲ ਉਹਨੂੰ ਵੋਮਿਟ, ਉਲਟੀਆਂ ਆਉਣੀਆਂ ਸ਼ੁਰੂ ਹੋ ਜਾਣ, ਨੌਜ਼ੀਆ ਫੀਲ ਹੋਣਾ ਸ਼ੁਰੂ ਹੋ ਜਾਏ ਜਾਂ ਪੇਸ਼ੈਂਟ ਦੀ ਡਾਇਟ ਘੱਟ ਜਾਵੇ, ਤਾਂ ਕਿਉਂਕਿ ਇਸ ਦੇ ਵਿੱਚ ਲਿਕੁਇਡ ਲੈਣ ਦਾ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਕਿ ਅਸੀਂ ਹੌਲੀ ਹੌਲੀ ਕਰਕੇ ਥੋੜ੍ਹਾ ਥੋੜ੍ਹਾ ਕਰਕੇ ਪੇਸ਼ੈਂਟ ਨੂੰ ਲਿਕੁਇਡ ਦਿੰਦੇ ਰਹੀਏ। ਜੇ ਪੇਸ਼ੈਂਟ ਲਿਕੁਇਡ ਨਹੀਂ ਲੈ ਰਿਹਾ ਤਾਂ ਸਾਨੂੰ ਡਾਕਟਰੀ ਸਲਾਹ ਲੈਣ ਦੀ ਜ਼ਰੂਰਤ ਹੁੰਦੀ ਹੈ ਔਰ ਫਲੂਇਡ ਲਗਾਉਣ ਦੀ ਜ਼ਰੂਰਤ ਪੈਂਦੀ ਹੈ। ਲੇਕਿਨ ਸੈੱਲ ਆਪਣੇ ਟਾਈਮ ਲੈ ਕੇ ਹੀ ਘਟਦੇ ਨੇ ਔਰ ਟਾਈਮ ਲੈ ਕੇ ਹੌਲੀ ਹੌਲੀ ਆਪਣਾ ਰਿਕਵਰ ਹੋ ਜਾਂਦੇ ਆ। ਕਈ ਵਾਰ ਦੇਖਿਆ ਜਾਂਦਾ ਕਿ ਅੱਜ ਕੱਲ੍ਹ ਡੇਂਗੂ ਦੇ ਨਾਲ ਨਾਲ ਪੇਸ਼ੈਂਟਸ ਨੂੰ ਟਾਈਫਾਈਡ ਵੀ ਆ ਜਾਂਦਾ, ਬੁਖਾਰ ਵੀ ਹੋ ਜਾਂਦਾ। ਟਾਈਫਾਈਡ ਜਿਹੜਾ ਉਹ ਬਿਲਕੁਲ ਡਿਫਰੈਂਟ ਬਿਮਾਰੀ ਹੈ। ਟਾਈਫਾਈਡ ਇੱਕ ਸਾਲਮੋਨੇਲਾ ਟਾਈਫਾਈ ਇੱਕ ਔਰਗੇਨਿਜ਼ਮ ਹੈ ਜਿਹਦੀ ਵਜ੍ਹਾ ਨਾਲ ਹੁੰਦਾ ਹੈ, ਅਤੇ ਜੇ ਉਹ ਹਾਈਜੀਨਿਕ ਕੰਡੀਸ਼ਨਸ ਨਹੀਂ ਮੇਨਟੇਨ ਕੀਤੀਆਂ ਹੋਈਆਂ, ਪੇਸ਼ੈਂਟ ਜ਼ਿਆਦਾਤਰ ਬਾਹਰੋਂ ਖਾਣਾ ਖਾ ਰਿਹਾ ਸੀ, ਨਹੀਂ ਚੰਗੀ ਜਗ੍ਹਾ ਤੋਂ ਪਾਣੀ ਨਹੀਂ ਚੰਗੀ ਜਗ੍ਹਾ ਤੋਂ ਪੀਤਾ, ਤਾਂ ਉਸ ਵਜ੍ਹਾ ਨਾਲ ਟਾਈਫਾਈਡ ਹੁੰਦਾ ਹੈ। ਇਹਦੇ ਨਾਲ ਜਨਰਲੀ ਡੇਂਗੂ ਦੇ ਨਾਲ ਜਿਹੜਾ ਸਾਡਾ ਰਿਲੇਟਿਡ ਹੈ ਉਹ ਲਿਵਰ ਦੇ ਕੁਝ ਇਨਜ਼ਾਈਮਸ ਨੇ, SGOT, SGPT, ਉਹ ਕਈ ਵਾਰ ਵੱਧ ਜਾਂਦੇ ਨੇ, ਅਸੀਂ ਉਹਦਾ ਧਿਆਨ ਰੱਖਦੇ ਹਾਂ ਕਿ ਉਹ ਬਹੁਤ ਜ਼ਿਆਦਾ ਨਾ ਵਧਣ। ਅਤੇ ਮੈਮ, ਡੇਂਗੂ ਦੀ ਅਗਰ ਗੱਲ ਕਰੀਏ, ਕਿਸ ਤਰ੍ਹਾਂ ਬਚਿਆ ਜਾ ਸਕਦਾ, ਕਿਹੜੀਆਂ ਚੀਜ਼ਾਂ ਉਸ ਸਮੇਂ ਖਾਣਾ ਚਾਹੀਦਾ? ਇੱਕ ਤਾਂ ਤੁਸੀਂ ਦੱਸ ਦਿੱਤਾ ਕਿ ਵਾਟਰ ਇਨਟੇਕ ਜ਼ਿਆਦਾ ਤੋਂ ਜ਼ਿਆਦਾ ਲੈਣਾ ਚਾਹੀਦਾ ਹੈ। ਹਾਂਜੀ, ਇਹਦੇ ਵਿੱਚ ਫੈਟ ਡਾਇਟਸ ਅੱਜ ਕੱਲ੍ਹ ਬਹੁਤ ਜ਼ਿਆਦਾ ਨੇ, ਲੋਕਾਂ 'ਚ ਮਿਸਕਨਸੈਪਸ਼ਨ ਹੈ ਕਿ ਅਸੀਂ ਬੱਕਰੀ ਦਾ ਦੁੱਧ ਪੀ ਲਈਏ ਜਾਂ ਕੀਵੀ ਫਰੂਟ ਜਿਹੜਾ ਉਹ ਜ਼ਿਆਦਾ ਖਾਧਾ ਜਾਂਦਾ ਹੈ ਜਾਂ ਨਾਰੀਅਲ ਪਾਣੀ ਬਹੁਤ ਜ਼ਿਆਦਾ ਲੋਕ ਪੀਣ ਲੱਗ ਜਾਂਦੇ ਆ ਇਹ ਸੋਚ ਕੇ ਕਿ ਸ਼ਾਇਦ ਇਹਦੇ ਨਾਲ ਸਾਡਾ ਪਲੇਟਲੈਟਸ ਵਧਣਗੇ, ਪਰ ਐਸਾ ਕੁਛ ਵੀ ਨਹੀਂ ਹੈ। ਪੇਸ਼ੈਂਟ ਨੂੰ ਸਿਰਫ ਔਰ ਸਿਰਫ ਫਲੂਇਡ ਇਨਟੇਕ ਉਹਨਾਂ ਦਾ ਜ਼ਿਆਦਾ ਵਧਾਉਣ ਦੀ ਜ਼ਰੂਰਤ ਹੈ। ਫਰੂਟ, ਸਿਟਰਸ ਫਰੂਟਸ ਕੋਈ ਵੀ ਹੋਣ, ਤੁਸੀਂ ਸੰਤਰਾ ਦੇ ਸਕਦੇ ਹੋ, ਸੰਤਰੇ ਦਾ ਜੂਸ ਦੇ ਸਕਦੇ ਹੋ ਪੇਸ਼ੈਂਟ ਨੂੰ, ਨਿੰਬੂ ਪਾਣੀ ਵੀ ਆਪਾਂ ਦੇ ਸਕਦੇ ਹਾਂ, ਲੱਸੀ ਦੇ ਸਕਦੇ ਹਾਂ। ਡਿਪੈਂਡ
ਡਿਪੈਂਡ ਕਰਦਾ ਪੇਸ਼ੈਂਟ ਦੀ ਕੰਡੀਸ਼ਨ ਦੇ ਉੱਤੇ, ਅਸੀਂ ਹੌਲੀ ਹੌਲੀ ਕਰਕੇ ਪੇਸ਼ੈਂਟ ਨੂੰ ਲਿਕੁਇਡ ਦਿੰਦੇ ਹਾਂ ਤਾਂ ਕਿ ਉਹ ਜਲਦੀ ਤੋਂ ਜਲਦੀ ਰਿਕਵਰ ਹੋ ਸਕੇ। ਮੈਂ ਜੂਸ ਦੀ ਗੱਲ ਕਰੀਏ ਤਾਂ ਮੈਂ ਦੇਖਿਆ ਹੁੰਦਾ ਕਿ ਸਮਟਾਈਮ ਜੂਸ ਰੈੱਡ ਜੂਸ ਵਾਸਤੇ ਮਨਾ ਕਰ ਦਿੱਤਾ ਜਾਂਦਾ ਹੈ ਔਰ ਕਿਹਾ ਜਾਂਦਾ ਕਿ ਸਿਰਫ ਰੈੱਡ ਜੂਸ ਤੋਂ ਇਲਾਵਾ ਜਿਹੜਾ ਮਰਜ਼ੀ ਜੂਸ ਲਿਆਓ ਤੁਸੀਂ। ਰੈੱਡ ਜੂਸ ਸਿਰਫ ਕਲਰ ਕਰਕੇ ਕਿ ਰੈੱਡ ਕਲਰ ਦਾ ਜੂਸ ਜੇ ਪੇਸ਼ੈਂਟ ਲੈ ਕੇ ਉਸ ਤੋਂ ਬਾਅਦ ਪੇਸ਼ੈਂਟ ਨੂੰ ਜੇ ਵੋਮਿਟ ਆਉਂਦੀ ਹੈ ਤਾਂ ਉਹ ਰੈੱਡ ਕਲਰ ਦੀ ਵੋਮਿਟ ਆਉਂਦੀ ਹੈ ਔਰ ਪੇਸ਼ੈਂਟ ਨੂੰ ਮਿਸਕਨਸੈਪਸ਼ਨ ਹੋ ਜਾਂਦੀ ਹੈ ਕਿ ਮੈਨੂੰ ਖੂਨ ਦੀ ਉਲਟੀ ਆਈ ਹੈ ਔਰ ਡੇਂਗੂ ਦੇ ਵਿੱਚ ਕਈ ਵਾਰ ਜ਼ਿਆਦਾ ਕੰਡੀਸ਼ਨ ਖਰਾਬ ਹੋਣ 'ਤੇ ਖੂਨ ਦੀ ਉਲਟੀ ਆ ਸਕਦੀ ਹੈ, ਇਸ ਕਰਕੇ ਅਸੀਂ ਰੈੱਡ ਕਲਰ ਦੀ ਚੀਜ਼ ਅਵੋਇਡ ਕਰਦੇ ਹਾਂ ਕਿ ਤੁਸੀਂ ਉਹ ਨਾ ਲਓ। ਠੀਕ ਹੈ। ਸੋ ਮੈਮ ਇਸ ਤੋਂ ਇਲਾਵਾ ਅਗਰ ਬੱਚਾ ਕਿਸ ਤਰ੍ਹਾਂ ਜਾ ਸਕਦਾ ਡੇਂਗੂ ਤੋਂ, ਕਿਉਂਕਿ ਸਟਾਰਟਿੰਗ ਤੁਸੀਂ ਦੱਸਿਆ ਕਿ ਜਿਹੜਾ ਡੇਂਗੂ ਮੱਛਰ ਹੈਗਾ ਡੇਂਗੂ ਦਾ ਦਿਨ ਦੇ ਪਹਿਲੇ ਉਹ ਸਾਫ਼ ਪਾਣੀ 'ਤੇ ਹੀ ਪਨਪਦਾ ਹੈਗਾ ਵੈ, ਕਿਸ ਤਰ੍ਹਾਂ ਦਾ ਤੋਂ ਬੱਚਾ ਜਾ ਸਕਦਾ? ਇਹਦਾ ਇੱਕੋ ਹੀ ਤਰੀਕਾ ਹੈ ਕਿ ਅਸੀਂ ਆਪਣੀ ਆਸ ਪਾਸ ਦੀਆਂ ਕੰਡੀਸ਼ਨਸ ਨੂੰ ਥੋੜ੍ਹਾ ਸਾਫ਼ ਸੁਥਰਾ ਰੱਖੀਏ, ਜਿੱਥੇ ਪਾਣੀ ਖੜ੍ਹਾ ਹੈ ਉਸ ਨੂੰ ਸਭ ਤੋਂ ਪਹਿਲਾਂ ਖਤਮ ਕਰੀਏ ਕਿ ਪਾਣੀ ਜ਼ਿਆਦਾ ਦੇਰ ਤੱਕ ਖੜ੍ਹਾ ਨਾ ਰਹੇ। ਪਾਣੀ ਅਗਰ ਚੱਲਦਾ ਤਾਂ ਉਹਦੇ ਵਿੱਚ ਇੱਦਾਂ ਦੀ ਪ੍ਰੋਬਲਮ ਨਹੀਂ ਆਏਗੀ ਔਰ ਸਫਾਈ ਦਾ ਹੀ ਖਾਸ ਧਿਆਨ ਰੱਖਿਆ ਜਾ ਸਕਦਾ ਤਾਂ ਕਿ ਇਹਦਾ ਲਾਰਵਾ ਕਿਤੇ ਪਨਪੇ ਹੀ ਨਾ। ਔਰ ਇਹਦੇ ਸਿਮਟਮਸ ਕਿਵੇਂ ਕਿੱਦਾਂ ਪਤਾ ਲੱਗਦਾ ਕਿ ਡੇਂਗੂ ਹੋ ਗਿਆ? ਵੀ ਬਹੁਤ ਕਾਫ਼ੀ ਲੰਬੇ ਸਮੇਂ ਤੱਕ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਡੇਂਗੂ ਨੋਰਮਲ ਬੁਖਾਰ ਕਰਕੇ ਕੌਮੀ ਫਲੇਮ ਜਾਂ ਡੋਲੋ ਦੀ ਗੋਲੀ ਖਾ ਕੇ ਰੈਸਟ ਕਰਨਾ ਸ਼ੁਰੂ ਕਰ ਦਿੰਦੇ ਨੇ? ਦੇਖੋ ਡੇਂਗੂ ਇਮੀਡੀਏਟਲੀ ਜੇ ਉਹਦੇ ਕੁਛ ਟੈਸਟ ਹੁੰਦੇ ਨੇ ਡੇਂਗੂ ਕਰਵਾਉਂਦੇ, ਜੇ ਸਾਨੂੰ ਵਿਦਇਨ 1-2 ਡੇਜ਼ ਜੇ ਅਸੀਂ ਟੈਸਟ ਕਰਨਾ ਹੋਵੇ, ਅਦਰਵਾਈਜ਼ ਇਹਦਾ ਇੱਕ ਟਾਈਮ ਹੈ ਕਿ ਹਫ਼ਤੇ ਬਾਅਦ ਡੇਂਗੂ ਦੀ ਸੀਰੋਲੋਜੀ ਕਰਾਉਂਦੇ ਆ, ਉਹ ਤੋਂ ਹੀ ਪਤਾ ਚੱਲਦਾ ਕਿ ਡੇਂਗੂ ਪੋਜ਼ਿਟਿਵ ਹੈ ਕਿ ਨਹੀਂ ਹੈ। ਹਾਂਜੀ, ਯਾਨੀ ਕਿ ਇੱਕ ਹਫ਼ਤਾ ਕੋਈ ਨੀਡ ਨਹੀਂ ਹੈਗੀ ਇਹਦਾ ਕੋਈ ਟੈਸਟ ਕਰਾਉਣ ਦੀ? ਨਹੀਂ, ਉਹਦੇ ਵਿੱਚ ਰੈਸਟ ਅਤੇ ਲੋਟ ਆਫ ਫਲੂਇਡਸ ਦੀ ਹੀ ਇੰਪੋਰਟੈਂਸ ਹੈ, ਜਦੋਂ ਅੱਗੇ ਜਾ ਕੇ ਕੰਪਲੀਕੇਸ਼ਨਸ ਵੱਧਦੀਆਂ ਤਾਂ ਹੀ ਆਪਾਂ ਨੂੰ ਇੰਟਰਵੈਂਸ਼ਨ ਕਰਨ ਦੀ ਲੋੜ ਪੈਂਦੀ ਹੈ। ਠੀਕ ਹੈ। ਸੋ ਜਾਂਦੇ ਜਾਂਦੇ ਸਾਡੇ ਦੇਸ਼ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਆਪਣੇ ਆਸ ਪਾਸ ਦੀ ਸਫਾਈ ਦਾ ਖਾਸ ਧਿਆਨ ਰੱਖੋ, ਇੱਕ ਬੈਲੈਂਸਡ ਡਾਈਟ ਲਓ। ਜਨਰਲੀ ਅੱਜ ਕੱਲ੍ਹ ਫੈਟ ਡਾਈਟਸ ਬਹੁਤ ਚੱਲ ਰਹੀਆਂ ਨੇ, ਡੀਟੌਕਸ ਡਾਈਟਸ ਚੱਲ ਰਹੀਆਂ ਨੇ, ਇਹਦੇ ਉੱਤੇ ਨਾ ਜ਼ਿਆਦਾ ਇੰਪੋਰਟੈਂਸ ਦਿਓ। ਤੁਸੀਂ ਆਪਣੀ ਬੈਲੈਂਸ ਡਾਈਟ ਦੇ ਵੱਲ ਦੇਖੋ ਕਿ ਸਾਡੀ ਡਾਈਟ ਦੇ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਫੈਟ ਸਭ ਦੀ ਇੱਕ ਮਾਤਰਾ ਇੱਕ ਨਿਸ਼ਚਿਤ ਅਮਾਊਂਟ ਦੇ ਵਿੱਚ ਹੋਵੇ। ਇੱਕ ਇਹਦੇ ਨਾਲ ਡੇਲੀ ਐਕਸਰਸਾਈਜ਼ ਬਹੁਤ ਜ਼ਰੂਰੀ ਹੈ। ਅਸੀਂ ਡਾਈਟਸ ਜੇ ਲੈਂਦੇ ਹਾਂ ਤਾਂ ਐਕਸਰਸਾਈਜ਼ ਨਹੀਂ ਕਰਦੇ, ਉਹਦੇ ਨਾਲ ਵੀ ਕੈਲੋਰੀਜ਼ ਦਾ ਇਨਟੇਕ ਬਹੁਤ ਜ਼ਿਆਦਾ ਹੋ ਜਾਂਦਾ ਔਰ ਆਊਟਪੁੱਟ ਕੁਛ ਨਹੀਂ ਹੈ। ਸੋ ਇੱਕ ਬੈਲੈਂਸ ਮੇਨਟੇਨ ਕਰਨਾ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਹੈ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਸੋ ਦੋਸਤੋ, ਮੈਂ ਸੁਣਿਆ ਕਿ ਮੈਮ ਨੇ ਸਾਫ਼ ਤੌਰ 'ਤੇ ਦੱਸਿਆ ਹੈਗਾ ਕਿ ਤੁਹਾਡੀ ਜਿਹੜੀ ਡਾਈਟ ਹੈ ਬਹੁਤ ਹੀ ਵਧੀਆ ਹੋਣੀ ਚਾਹੀਦੀ ਹੈ। ਅਗਰ ਤੁਸੀਂ ਡਾਈਟ ਵੀ ਲੈ ਰਹੇ ਹੋ ਔਰ ਉਹਦੇ ਨਾਲ ਤੁਸੀਂ ਐਕਸਰਸਾਈਜ਼ ਨਹੀਂ ਕਰ ਰਹੇ ਤਾਂ ਫਿਰ ਵੀ ਤੁਹਾਡੀ ਕੈਲਰੀਜ਼ ਜਿਹੜੀ ਹੈ ਡੇ ਬਾਈ ਡੇ ਵੱਧਦੀ ਜਾਏਗੀ ਔਰ ਉਹਦੇ ਤੁਹਾਨੂੰ ਕਾਫ਼ੀ ਜ਼ਿਆਦਾ ਮਿਹਨਤ ਕਰਨੀ ਪਏਗੀ ਆਪਣੇ ਵੇਟ ਨੂੰ ਰਿਡਿਊਸ ਕਰਨ ਲਈ। ਔਰ ਦੂਸਰੀ ਗੱਲ ਹੈਗੀ ਹੈ ਕਿ ਡੇਂਗੂ ਦਾ ਮੱਛਰ ਜਿਹੜਾ ਸਾਫ਼ ਪਾਣੀ ਦੇ ਉੱਪਰ ਪਨਪਦਾ ਹੈਗਾ, ਤਾਂ ਖਾਸ ਤੌਰ 'ਤੇ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਸਾਫ਼ ਪਾਣੀ ਤੁਸੀਂ ਇਕੱਠਾ ਕਰਦੇ ਹੋ ਟੈਂਕੀ 'ਤੇ ਜਾਂ ਖੜ੍ਹਾ ਰਹਿੰਦਾ ਕਿੱਥੇ ਉਹ ਪਾਣੀ, ਤਾਂ ਪਲੀਜ਼ ਉਹਨੂੰ ਵੀਕਲੀ ਵਿੱਚ 1-10 ਮਿੰਟ ਉਹਦੇ ਵਾਸਤੇ ਜ਼ਰੂਰ ਕੱਢੋ ਔਰ ਉਸ ਪਾਣੀ ਨੂੰ ਉੱਥੋਂ ਦੀ ਬਿਲਕੁਲ ਵੀ ਸੁਕਾ ਦਿਓ ਤਾਂ ਕਿ ਉੱਥੇ ਡੇਂਗੂ ਦਾ ਘਰ ਤੁਹਾਡੀ ਬਿਮਾਰੀ ਘਰ ਤੱਕ ਹੈ ਪਹੁੰਚ ਹੀ ਨਾ ਸਕੇ। ਔਰ ਬਿਲਕੁਲ ਸਾਡਾ ਜਿਹੜਾ ਇਹਦਾ ਟੋਪਿਕ ਸੀਗਾ ਉਹ ਇਹ ਸੀਗਾ ਕਿ ਡੇਂਗੂ ਦੇ ਹੋਣ 'ਤੇ ਜਿਹੜਾ ਅਸੀਂ ਖਾਸ ਤੌਰ 'ਤੇ ਦੇਖਦੇ ਹੈਗੇ ਹਾਂ ਕਿ ਕੀਵੀ ਦਾ ਇਸਤੇਮਾਲ ਨਾਲ ਸੈੱਲਸ ਵੱਧਦੇ ਹੈਗੇ ਜਾਂ ਬੱਕਰੀ ਦੇ ਦੁੱਧ ਦੇ ਨਾਲ ਸੈੱਲ ਵੱਧਦੇ, ਉਹ ਸਾਫ਼ ਤੌਰ 'ਤੇ ਮੈਮ ਨੇ ਮਿਥ ਨੂੰ ਬਿਲਕੁਲ ਹੀ ਨਕਾਰ ਦਿੱਤਾ ਕਿ ਇੱਦਾਂ ਦਾ ਕੁਛ ਵੀ ਨਹੀਂ ਹੈਗਾ। ਸੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਆਪਣੇ ਸ਼ਹਿਰ ਦੀ ਸਫਾਈ ਰੱਖੋ, ਆਪਣੇ ਮਾਤਾ ਪਿਤਾ ਧਿਆਨ ਰੱਖੋ ਔਰ ਮੇਰੇ ਛੋਟੇ ਭੈਣ ਭਰਾ ਤਾਂ ਪੜ੍ਹਦੇ ਲਿਖਦੇ ਰਹਿਣ ਕਿਉਂਕਿ ਪੜ੍ਹੇ ਗੰਢੀਆਂ ਤੋਂ ਅੱਗੇ ਪੜ੍ਹੇ ਗੰਢੀਆਂ। ਸੋ ਕੈਮਰਾ ਪਰਸਨ ਵੀ ਮਨਜੀਤ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ। ਧੰਨਵਾਦ।